ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਭਾਈ ਸਾਹਿਬ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ ਅਤੇ ਬੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਉਹ ਇਹਨਾਂ ਦਾ ਸੁਨੇਹਾ ਜਿਹੜਾ ਆਪਾਂ ਸੰਗਤਾਂ ਤੱਕ ਪਹੁੰਚਾਈਏ। ਹਾਂਜੀ ਭਾਅ ਜੀ, ਕੀ ਨਾਮ ਤੁਹਾਡਾ? ਦਲੀਪ ਸਿੰਘ। ਦਲੀਪ ਸਿੰਘ, ਅਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਬੀਟ ਗਰਾਸ? ਇੱਕ ਮਹੀਨਾ ਇਹਨਾਂ ਨੂੰ ਹੋ ਗਿਆ ਬੀਟ ਗਰਾਸ ਪੀਂਦਿਆਂ ਨੂੰ। ਅਤੇ ਦਿਨ ਦੇ ਵਿੱਚ ਕਿੰਨੀ ਵਾਰੀ ਬੀਟ ਗਰਾਸ ਪਾਈ? 10 ਵਾਰੀ, ਹਰ ਘੰਟੇ ਬਾਅਦ ਜਿੰਨਾ ਅਸੀਂ ਦੱਸਿਆ ਸੀ ਉਹਨਾਂ ਲੈ ਰਹੇ ਹਾਂ। ਅਤੇ ਪਹਿਲਾਂ ਨਾਲੋਂ ਕਿੰਨਾ ਕੁ ਬਿਹਤਰ ਆ? ਸਾਡਾ ਵੀ ਇਹ ਸੁਨੇਹਾ ਵੀ ਜਿੰਨੇ ਵੀ ਕੈਂਸਰ ਪੇਸ਼ੈਂਟ ਆ ਸਾਡੇ ਨਾਲ ਜ਼ਰੂਰ ਕੰਟੈਕਟ ਕਰਨ, ਔਰ ਉਹਨਾਂ ਦੀ ਜਿਹੜੀ ਆ ਖੁਰਾਕ ਆ ਉਹਦੇ ਬਾਰੇ ਵੀ ਇਹਨਾਂ ਨੂੰ ਅਸੀਂ ਦੱਸਿਆ ਵੀ ਕੀ ਖਾਣਾ ਕੀ ਖਾ ਰਹੇ ਹਾਂ। ਦੱਸੋ ਸੰਗਤ ਗਾਜਰ ਦਾ ਜੂਸ ਤੇ ਖੁੰਬਾਂ ਦਾ ਜਿਹੜਾ ਉਹ ਸੂਪ ਉਹੀ ਇਹ ਲੈ ਰਹੇ ਆ। ਨਾਲ ਅਸੀਂ ਇੱਕ ਕਿਨੂਆ ਦਿੱਤਾ ਸੀ, ਉਹ ਵੀ ਛੱਕ ਰਹੇ ਆ। ਤੇ ਬੀਟ ਗਰਾਸ ਦਿਨ ਦੇ ਵਿੱਚ 10 ਤੋਂ 12 ਵਾਰੀ ਲੈ ਰਹੇ ਆ। ਅੱਜ ਬੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅੱਜ ਆਏ। ਕਿਹੜਾ ਨਗਰ ਆਪਣਾ? ਤਰਨ ਤਰਨ ਜ਼ਿਲ੍ਹਾ ਗੋਇੰਦਵਾਲ ਸਾਹਿਬ ਦੇ। ਕੀ ਕਹਿਣਾ ਚਾਹੁੰਦੇ ਭੈਣ ਜੀ ਤੁਸੀਂ? ਚਲੋ ਸ਼ੁਕਰੀਆ ਸਾਰੀ ਸੰਗਤ, ਵਾਹਿਗੁਰੂ ਜੀ ਕੀ ਫਤਿਹ।